ਨਮਸਕਾਰ ਮੈਂ ਹਾਂ Kusum Sonia ਖਬਰਾਂ ਦੇ ਬੁਲੇਟਿਨ ਵਿੱਚ ਸਵਾਗਤ ਕਰਦੀ ਹਾਂ ਸਭ ਤੋਂ ਪਹਿਲਾਂ ਚੌਣਵੀਆਂ ਖਬਰਾਂ World Giving Index WGI 2021 ਦੀ ਰਿਪੋਰਟ ਅਨੁਸਾਰ ਭਾਰਤ ਵਿਸ਼ਵ ਦਾ 14ਵਾਂ ਸਭ ਤੋਂ ਵੱਧ ਦਾਨ ਦੇਣ ਵਾਲਾ ਦੇਸ਼ ਬਣ ਗਿਆ ਹੈ ਦੇਸ਼ ਵਿੱਚ ਬੀਤੇ ਦਿਨ ਸਭ ਤੋਂ ਘੱਟ 60471 ਨਵੇਂ ਕੋਰੋਨਾ ਮਾਮਲੇ ਦਰਜ ਕੀਤੇ ਗਏ ਸੀਤਿਆਬਦੀ ਦਰ 94.64 ਫੀਸਦ ਹੋਈ 25 ਕਰੋੜ 90 ਲੱਖ ਤੋਂ ਵੱਧ ਲੋਕਾਂ ਨੂੰ ਕੋਵਿਡ ਟੀਕੇ ਦੀ ਖੁਰਾਕ ਦਿੱਤੀ ਜਾ ਚੁੱਕੀ ਹੈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸੇਤ ਠੀਕ ਨਾ ਹੋਣ ਕਾਰਨ ਕੋਟਕਪੁਰਾ ਗੋਲੀਕਾਂਡ ਮਾਮਲੇ ਦੀ ਜਾਂਚ ਵਿੱਚ ਸ਼ਾਮਲ ਨਾ ਹੋ ਸਕਣ ਬਾਰੇ ਵਿਸ਼ੇਸ਼ ਜਾਂਚ ਟੀਮ ਸੱਟ ਨੂੰ ਜਾਣਕਾਰੀ ਦਿੱਤੀ ICC ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਦੀਆਂ ਜੇਤੂ ਅਤੇ ਉਪਜੇਤੂ ਟੀਮਾਂ ਲਈ ਇਨਾਮੀ ਰਾਸ਼ੀ ਐਲਾਨੀ ਫਾਈਨਲ ਮੈਚ 18 ਜੂਨ ਨੂੰ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਸਾਊਥ ਹੈਮਪਟਨ ਵਿੱਚ ਖੇਡਿਆ ਜਾਣਾ ਹੈ। ਏਸ਼ੀਆ ਕੱਪ ਫੁੱਟਬਾਲ ਕੁਆਲੀਫਾਇਰਸ ਵਿੱਚ ਭਾਰਤ ਦਾ ਅਫਗਾਨਿਸਤਾਨ ਨਾਲ ਤੀਜੀ ਥਾਂ ਲਈ ਮੁਕਾਬਲਾ ਅੱਜ। ਧੰਨ ਖਬਰਾਂ ਵਿਸਥਾਰਨ। ਵਰਲਡ ਗਿਵਿੰਗ ਇੰਡੈਕਸ WGI 2021 ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿਸ਼ਵ ਦਾ 14ਵਾਂ ਸਭ ਤੋਂ ਵੱਧ ਚੈਰੀਟੇਬਲ ਦੇਸ਼ ਹੈ ਚੈਰੀਟੀਜ਼ ਐਂਡ ਫਾਊਂਡੇਸ਼ਨ CAF ਵੱਲੋਂ ਜਾਰੀ ਕੀਤੇ ਗਏ ਇਸ ਸਾਲ ਦੇ ਸਰਵੇਖਣ ਵਿੱਚ ਚੈਰੀਟੇਬਲ ਮੁਹੱਈਆ ਕਰਵਾਉਣ ਉੱਪਰ ਕੋਵਿਡ-19 ਮਹਾਮਾਰੀ ਦੇ ਪ੍ਰਭਾਵਾਂ ਨੂੰ ਉਜਾਗਰ ਕੀਤਾ ਗਿਆ ਹੈ ਭਾਰਤ ਹੁਣ ਚੋਟੀ ਦੇ 20 ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ ਜਿਨ੍ਹਾਂ ਨੇ ਅਣਜਾਣ ਲੋਕਾਂ ਦੀ ਵੱਦ ਤੋਂ ਵੱਧ ਮਦਦ ਕੀਤੀ ਹੈ ਤੇ ਧਨ ਦਿੱਤੇ ਨੇ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੋਵਿਡ ਮਹਾਮਾਰੀ ਦੌਰਾਨ ਨਾਗਰਿਕਾਂ ਦੀ ਸਹਾਇਤਾ ਲਈ ਵਿਸ਼ਵ ਭਰ ਦੇ ਸਮਾਜ ਇਕਜੁੱਟ ਹੋਏ ਜਿਸ ਦੇ ਨਤੀਜੇ ਵਜੋਂ ਸਭ ਤੋਂ ਵੱਧ ਅਣਜਾਣ ਲੋਕਾਂ ਦੀ ਮਦਦ ਕੀਤੀ ਗਈ ਵਿਸ਼ਵ ਦੇ ਤਕਰੀਬਨ 55% ਬਾਲਗਾਂ ਜਾਂ ਤਕਰੀਬਨ 3 ਅਰਬ ਲੋਕਾਂ ਨੇ ਇੱਕ ਦੂਜੇ ਦੀ ਮਦਦ ਕੀਤੀ ਜਿਨ੍ਹਾਂ ਨੂੰ ਉਹ ਜਾਣਦੇ ਵੀ ਨਹੀਂ ਸਨ ਭਾਰਤ ਨੇ 2017 ਅਤੇ 2019 ਦੌਰਾਨ ਚੈਰੀਟੇਬਲ ਦੇਸ਼ਾਂ ਦੀ ਰੈਂਕ ਸੂਚੀ ਵਿੱਚ ਤੇਜ਼ੀ ਨਾਲ ਸੁਧਾਰ ਕੀਤਾ ਅਤੇ ਇਸ ਨੂੰ 2020 ਦੌਰਾਨ ਵੀ ਕਾਇਮ ਰੱਖਿਆ। ਭਾਰਤ ਵਿੱਚ ਇਹ ਸੁਧਾਰ ਮਰਦਾਂ ਅਤੇ ਔਰਤਾਂ ਦੇ ਦੋਹਾਂ ਗਰੁੱਪਾਂ ਵਿੱਚ ਵੇਖਣ ਨੂੰ ਮਿਲਿਆ ਅਤੇ 61% ਭਾਰਤੀਆਂ ਨੇ ਅਣਜਾਣ ਲੋਕਾਂ ਦੀ ਮਦਦ ਕੀਤੀ ਅਤੇ 36% ਪੈਸਾ ਦਾਨ ਕੀਤਾ। ਸੀਏਐਫ ਇੰਡੀਆ ਦੀ ਮੁੱਖ ਕਾਰਜਕਾਰੀ ਅਧਿਕਾਰੀ ਮਨਕਸ਼ੀ ਬੱਤਰਾ ਨੇ ਕਿਹਾ ਕਿ ਇੰਡੈਕਸ 2021 ਵਿੱਚ ਭਾਰਤ ਦਾ ਪ੍ਰਦਰਸ਼ਨ ਸ਼ਲਾਘਾਯੋਗ ਹੈ। ਉਨਾ ਕਿਹਾ ਕਿ ਡਬਲਯੂਜੀਆਈ ਨੇ 2009 ਤੋਂ ਲੈ ਕੇ 2020 ਤੱਕ 16 ਲੱਖ ਤੋਂ ਵੱਧ ਲੋਕਾਂ ਦਾ ਇੰਟਰਵਿਊ ਕੀਤਾ ਜਿਸ ਵਿੱਚ ਅਣਜਾਣ ਲੋਕਾਂ ਦੀ ਮਦਦ ਕਰਨ ਉਹਨਾਂ ਨੂੰ ਪੈਸਾ ਦੇਣ ਜਾਂ ਸਵੈ ਇੱਛਾ ਨਾਲ ਕੋਈ ਚੰਗਾ ਕੰਮ ਕਰਨ ਬਾਰੇ ਸਵਾਲ ਪੁੱਛੇ ਗਏ ਸਨ। ਵਣਜ ਤੇ ਉਦਯੋਗ ਤੇ ਰੇਲ ਮੰਤਰੀ ਪਿਊਸ਼ ਗੋਇਲ ਨੇ ਕਿਹਾ ਹੈ ਕਿ ਭਾਰਤ ਵਿੱਚ ਪ੍ਰਤੀ ਵਿਅਕਤੀ ਕਾਰਬਨ ਡਾਈਆਕਸਾਈਡ ਦੀ ਨਿਕਾਸੀ ਵੱਡੇ ਅਰਥਚਾਰੇ ਵਾਲੇ ਦੇਸ਼ਾਂ ਤੋਂ ਸਭ ਤੋਂ ਘੱਟ ਹੈ। ਕੱਲ ਨਵੀਂ ਦਿੱਲੀ ਵਿੱਚ ਸੰਯੁਕਤ ਰਾਸ਼ਟਰ ਵਪਾਰ ਮੰਚ 2021 ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ 2030 ਤੱਕ 450 गीगावाट ऊर्जा उत्पादन ਦਾ ਮਹੱਤਵਪੂਰਨ ਟਿਕਾਸ ਮੁੱਚੇ ਵਿਕਾਸ ਟਿਕਿਆਂ ਬਾਰੇ ਸੰਯੁਕਤ ਰਾਸ਼ਟਰ ਦੇ 2030 ਦੇ ਏਜੰਡੇ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ ਉਹਨਾਂ ਕਹਿ ਕਿ ਜਲਵਾਯੂ ਦੀ ਨਿਆਈ ਸੁਰੱਖਿਆ ਹੋਣੀ ਚਾਹੀਦੀ ਹੈ ਤੇ ਵਿਕਸਿਤ ਦੇਸ਼ਾਂ ਨੂੰ ਇਸ ਦੇ ਉਪਯੋਗ ਦੇ ਤਰੀਕਿਆਂ ਤੇ ਮੁੜ ਤੋਂ ਵਿਚਾਰ ਕਰਨਾ ਚਾਹੀਦਾ ਹੈ ਅਤੇ ਵਧਿਆ ਜੀਵਨ ਸ਼ੈਲੀ ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ ਗੋਇਲ ਨੇ ਕਿਹਾ ਕਿ ਭਾਰਤ ਨੇ ਸਵੱਛ ਊਰਜਾ ਊਰਜਾ ਦੀ ਘਟ ਖਪਤ ਜੰਗਲਾਂ ਦੇ ਵਿਕਾਸ ਤੇ ਗੈਰ ਪਿੰਨਤਾ ਵਰਗੇ ਕਈ ਵੱਡੇ ਕਦਮ ਚੁੱਕੇ ਨੇ ਅਤਿ ਅੰਤ ਰਾਸ਼ਟਰੀ ਸੂਰਜੀ ਗਠਜੋੜ ਵਰਗੇ ਵਿਸ਼ਵ ਪੱਧਰੀ ਯਤਨਾਂ ਨੂੰ ਉਤਸ਼ਾਹਿਤ ਕੀਤਾ ਹੈ ਉਹਨਾਂ ਨੇ ਕਿਹਾ ਕਿ ਸਵੱਛ ਵਾਤਾਵਰਣ ਅਤੇ ਸਮੁੱਚਾ ਵਿਕਾਸ ਭਾਰਤ ਦੇ ਤਰਜੀਹੀ এজেন্ডੇ ਵਿੱਚ ਸ਼ਾਮਲ ਨੇ ਉਹਨਾਂ ਨੇ ਕਿਹਾ ਕਿ ਭਾਰਤ ਦਾ ਮੰਨਣਾ ਹੈ ਕਿ ਵਾਤਾਵਰਣ ਨਾਲ ਜੁੜੇ ਉਪਰਾਅ ਲਿਆਂ ਨੂੰ ਵਪਾਰ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ ਭਾਰਤ ਵਿੱਚ ਬੀਤੇ ਦਿਨ 60471 ਨਵੇਂ ਕਰੋਨਾ ਮਾਮਲੇ ਦਰਜ ਹੋਏ ਜੋ ਪਿਛਲੇ 75 ਦਿਨਾਂ ਦੌਰਾਨ ਸਭ ਤੋਂ ਘੱਟ ਨੇ ਬੀਤੇ 24 ਘੰਟਿਆਂ ਦੌਰਾਨ 2726 ਕਰੋਨਾ ਮਰੀਜ਼ਾਂ ਦੀ ਮੌਤ ਹੋਈ ਹੁਣ ਤੱਕ ਕਰੋਨਾ ਕਾਰਨ ਦੇਸ਼ ਵਿੱਚ 370131 ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਨੇ ਦੇਸ਼ ਵਿੱਚ ਕਰੋਨਾ ਦੀ ਪੁਸ਼ਟੀ ਵਾਲੇ ਕੁੱਲ ਮਾਮਲਿਆਂ ਦੀ ਸੰਖਿਆ 2 ਕਰੋੜ 95 ਲੱਖ 71281 ਤੇ ਪਹੁੰਚ ਗਈ ਹੈ ਜਦਕਿ ਇਸ ਸਮੇਂ ਐਕਟਿਵ ਮਰੀਜ਼ਾਂ ਦੀ ਸੰਖਿਆ 913778 ਹੈ 33 ਦਿਨਾਂ ਤੋਂ ਲਗਾਤਾਰ ਕਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਸੰਖਿਆ ਨਵੇਂ ਕਰੋਨਾ ਮਾਮਲਿਆਂ ਤੋਂ ਲਗਾਤਾਰ ਵੱਧ ਦਰਜ ਕੀਤੀ ਜਾ ਰਹੀ ਹੈ। ਬੀਤੇ ਦਿਨ 1,17,525 ਕਰੋਨਾ ਮਰੀ ਸਿਹਤਯਾਬ ਹੋਏ। ਜਸਮਗੁਰੂ ਕਰੋਨਾ ਤੋਂ ਠੀਕ ਹੋਣ ਦੀ ਦਰ ਵੱਧ ਕੇ 95.64% ਹੋ ਗਈ ਹੈ। ਕਰੋਨਾ ਤੇ ਕਾਬੂ ਪਾਉਣ ਲਈ ਦੇਸ਼ ਵਿੱਚ ਟੈਸਟਿੰਗ ਕਾਫੀ ਜ਼ਿਆਦਾ ਵਧਾਈ ਗਈ ਹੈ। ਹੁਣ ਤੱਕ 38 ਕਰੋੜ 13 ਲੱਖ 75 ਹਜ਼ਾਰ 984 ਕਰੋਨਾ ਟੈਸਟ ਕੀਤੇ ਜਾ ਚੁੱਕੇ ਨੇ ਜਿਨ੍ਹਾਂ ਵਿੱਚ ਬੀਤੇ ਦਿਨ ਕੀਤੇ ਗਏ 17 ਲੱਖ 51358 ਟੈਸਟ ਵੀ ਸ਼ਾਮਲ ਨੇ ਕੇਂਦਰੀ ਸਿਹਤ ਮੰਤਰਾਲਾ ਅਨੁਸਾਰ ਹੁਣ ਤੱਕ ਦੇਸ਼ ਭਰ ਵਿੱਚ 25 ਕਰੋੜ 90 ਲੱਖ ਤੋਂ ਵੱਧ ਲੋਕਾਂ ਨੂੰ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਨੇ ਬੀਤੇ ਦਿਨ 39 ਲੱਖ 27154 ਲਾਪਾਤਰੀਆਂ ਨੂੰ ਟੀਕੇ ਦੀ ਖੁਰਾਕ ਦਿੱਤੀ ਗਈ ਰੱਖਿਆ ਖੋਜ ਅਤੇ ਵਿਕਾਸ ਸੰਗਠਨ ਡੀਆਰਡੀਓ ਦੇ ਮੁਖੀ ਡਾਕਟਰ ਸतीश ਰੈਡੀ ਨੇ ਕਿਹਾ ਹੈ ਕਿ ਕੋਵਿਡ ਮਹਾਮਾਰੀ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਦੇ ਯਤਨਾਂ ਤਹਿਤ ਪੀਐਮ ਕੇਅਰਸ ਫੰਡ ਤੋਂ ਦੇਸ਼ ਵੱਖ-ਵੱਖ ਜ਼ਿਲ੍ਹਿਆਂ ਵਿੱਚ 850 ਆਕਸੀਜਨ ਪਲਾਂਟ ਸਥਾਪਿਤ ਕੀਤੇ ਗਏ ਨੇ। ਵਿਗਿਆਨ ਅਤੇ ਟੈਕਨੋਲੋਜੀ ਮਹਿਕ ਮੇਵਲੋਂ ਆਯੋਜਿਤ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਸੰਵਾਦ ਲੜੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕਰੋਨਾ ਦੀ ਦੂਜੀ ਲਹਿਰ ਦੌਰਾਨ ਡੀਆਰਡੀਓ ਨੇ ਕਈ ਆਰਸੀ ਹਸਪਤਾਲ ਤਿਆਰ ਕੀਤੇ ਸਨ ਅਤੇ ਲੋਡ ਪੈਣ ਤੇ ਹੋਰ ਅਜਿਹੇ ਹਸਪਤਾਲਾਂ ਦੀ ਵਿਵਸਥਾ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹਨਾਂ ਹਸਪਤਾਲਾਂ ਨੂੰ ਇਸ ਢੰਗ ਨਾਲ ਤਿਆਰ ਕੀਤਾ ਗਿਆ ਹੈ ਕਿ ਵਾਇਰਸ ਇਹਨਾਂ ਹਸਪਤਾਲਾਂ ਤੋਂ ਬਾਹਰ ਨਾ ਜਾਵੇ ਅਤੇ ਜੇਕਰ ਕਰੋਨਾ ਦੀ ਤੀਜੀ ਲਹਿਰ ਆਉਣ ਦੀ ਕੋਈ ਸੰਭਾਵਨਾ ਹੁੰਦੀ ਹੈ ਤਾਂ ਸਾਰੇ ਹੀ ਹਸਪਤਾਲ ਨਵੇਂ ਮਾਮਲਿਆਂ ਨੂੰ ਨਜਿੱਠਣ ਦੇ ਯੋਗ ਹੋਣਗੇ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੋਟਕਪੂਰਾ ਗੋਲੀकांड ਮਾਮਲੇ 'ਚ ਸੇਤ ਠੀਕ ਨਾ ਹੋਣ ਕਾਰਨ ਨਵੀਂ ਗਠਿਤ ਕੀਤੀ ਗਈ ਵਿਸ਼ੇਸ਼ ਜਾਂਚ ਟੀਮ ਸੇਤ ਸਾਹਮਣੇ ਪੇਸ਼ ਨਾ ਹੋਣ ਦੀ ਗੱਲ ਆਖੀ ਹੈ ਬਾਦਲ ਨੇ ਕਿਹਾ ਕਿ ਉਹਨਾਂ ਨੂੰ ਦੇਸ਼ ਦੀ ਨਿਆਂ ਪ੍ਰਣਾਲੀ ਵਿੱਚ ਪੂਰਾ ਪਰੋਸਾਏ ਅਤੇ ਉਹ ਕਾਨੂੰਨ ਨਾਲ ਪੂਰਾ ਸਹਿਯੋਗ ਕਰਨ ਦਾ ਇਰਾਦਾ ਰੱਖਦੇ ਨੇ ਬਾਦਲ ਨੇ ਸੱਟ ਨੂੰ ਕਿਹਾ ਹੈ ਕਿ ਉਹ ਉਹਨਾਂ ਦੀ ਪੇਸ਼ੀ ਦੀ ਤਰੀਕ ਨੂੰ ਮੁੜ ਤੋਂ ਨਿਰਧਾਰਤ ਕਰੇ ਕਿਉਂ ਜੋ ਸਿਹਤ ਠੀਕ ਨਾ ਹੋਣ ਕਾਰਨ ਡਾਕਟਰਾਂ ਨੇ ਉਹਨਾਂ ਨੂੰ 10 ਦਿਨਾਂ ਲਈ ਮੁਕੰਮਲ ਤੌਰ ਤੇ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਬਾਦਲ ਨੇ ਕਿਹਾ ਕਿ ਜਿਵੇਂ ਹੀ ਉਹਨਾਂ ਦੀ ਸਿਹਤ ਠੀਕ ਹੋਵੇਗੀ ਉਹ ਕਾਨੂੰਨ ਅਨੁਸਾਰ ਜਾਂਚ ਵਿੱਚ ਆਪਣੀ ਮੌਜੂਦਾ ਰਿਹائش ਤੇ ਹੀ ਸ਼ਾਮਲ ਹੋਣਗੇ। ਬਾਦਲ ਨੇ ਉਮੀਦ ਜ਼ਾਹਰ ਕੀਤੀ ਕਿ ਨਵੀਂ ਸੱਟ ਪਿਛਲੀ ਸੱਟ ਵਾਂਗ ਸਿਆਸੀ ਦਬਾਹੇ ਹੇਠ ਕੰਮ ਨਹੀਂ ਕਰੇਗੀ ਅਤੇ ਕਾਨੂੰਨ ਦੀ ਕਦਰ ਕਰਦਿਆਂ ਆਪਣੀ ਜਾਂਚ ਨੂੰ ਅੱਗੇ ਤੋਰੇਗੀ। ICC ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਦੀ ਜੇਤੂ ਅਤੇ ਉਪਜੇਤੂ ਟੀਮ ਲਈ ਇਨਾਮ ਦੀ ਰਕਮ ਦਾ ਐਲਾਨ ਕਰ ਦਿੱਤਾ ਹੈ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਜਾਣ ਵਾਲੇ ਫਾਈਨਲ ਮੈਚ ਵਿੱਚ ਜੇਤੂ ਰਹਿਣ ਵਾਲੀ ਟੀਮ ਨੂੰ 12 ਕਰੋੜ ਰੁਪਏ ਅਤੇ ICC ਟੈਸਟ ਚੈਂਪੀਅਨਸ਼ਿਪ ਦੀ ਟਰੋਫੀ ਅ티ਹਾਰਨ ਵਾਲੀ ਟੀਮ ਨੂੰ ਤਕਰੀਬਨ 6 ਕਰੋੜ ਰਕਮ ਦਿੱਤੀ ਜਾਵੇਗੀ। ਫਾਈਨਲ ਮੈਚ 18 ਜੂਨ ਨੂੰ ਸਾਊਥ ਹੈਮਪਟਨ ਦੇ ਐਗਿਆਸ ਬਾਊਲ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਤੀਜੀ ਥਾਂ ਤੇ ਰਹਿਣ ਵਾਲੀ ਟੀਮ ਨੂੰ 3 ਕਰੋੜ 38 ਲੱਖ ਰੁਪਏ ਅਤੇ ਚੌਥੀ ਥਾਂ ਤੇ ਰਹਿਣ ਵਾਲੀ ਟੀਮ 2 ਕਰੋੜ 26 ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ICC ਨੇ ਐਲਾਨ ਕੀਤਾ ਹੈ ਕਿ ਪੰਜਵੀਂ ਥਾਂ ਤੇ ਰਹਿਣ ਵਾਲੀ ਟੀਮ ਨੂੰ 1.5 ਕਰੋੜ ਰੁਪਏ ਦਿੱਤੇ ਜਾਣਗੇ ਜਦਕਿ ਬਾਕੀ ਦੀਆਂ 4 ਟੀਮਾਂ ਨੂੰ 75-75 ਲੱਖ ਰੁਪਏ ਦਿੱਤੇ ਜਾਣਗੇ ICC ਨੇ ਕਿਹਾ ਹੈ ਕਿ ਜੇਕਰ ਫਾਈਨਲ ਵਿੱਚ ਦੋਵੇਂ ਟੀਮਾਂ ਬਰਾਬਰ ਆਉਂਦੀਆਂ ਨੇ ਤਾਂ ਦੋਹਾਂ ਵਿਚਾਲੇ ਉਹਨਾਂ ਨੂੰ ਦਿੱਤੀ ਜਾਣ ਵਾਲੀ ਪਹਿਲੀ ਤੇ ਦੂਜੀ ਥਾਂ ਲਈ ਇਨਾਮੀ ਰਾਸ਼ੀ ਨੂੰ ਬਰਾਬਰ ਵੰਡਿਆ ਜਾਵੇਗਾ ਅਤੇ ਟਰੋਫੀ ਵੀ ਉਦੋਂ ਤੱਕ ਦੋਹਾਂ ਟੀਮਾਂ ਕੋਲ ਸਾਂਝੇ ਤੌਰ ਤੇ ਰਹੇਗੀ ਜਦੋਂ ਤੱਕ ਉਹ ਚੈਂਪੀਅਨ ਰਹਿੰਦੇ ਨੇ ਏਸ਼ੀਆਈ ਕੱਪ ਫੁੱਟਬਾਲ ਕੁਆਲੀਫਾਇਰਜ਼ ਵਿੱਚ ਭਾਰਤ ਦੀ ਸੁਨੀਲ ਛੇਤਰੀ ਟੀਮ ਅਗਵਾਈ ਵਾਲੀ ਭਾਰਤੀ ਟੀਮ ਅੱਜ ਪੂਰੇ ਅੰਕ ਹਾਸਲ ਕਰਨ ਦੀ ਉਮੀਦ ਨਾਲ ਅੱਜ ਦੋਹਾ ਦੇ ਜਾਸਿਮਬਿੰਨ ਹਮਾਦ ਸਟੇਡੀਅਮ ਵਿੱਚ ਆਪਣੇ ਗਰੁੱਪ E ਦੇ ਆਖਰੀ ਮੈਚ ਵਿੱਚ ਅਫਗਾਨਿਸਤਾਨ ਨਾਲ ਮੁਕਾਬਲਾ ਕਰੇਗੀ 105ਵੇਂ ਦਰਜੇ ਦੀ ਭਾਰਤੀ ਟੀਮ ਨੂੰ 149ਵੇਂ ਦਰਜੇ ਦੀ ਅਫਗਾਨਿਸਤਾਨ ਟੀਮ ਤੋਂ ਮੈਚ ਹਾਰਨ ਤੋਂ ਬਚਣ ਦੀ ਲੋੜ ਹੈ ਤਾਂ ਜੋ ਭਾਰਤ ਗਰੁੱਪ E ਵਿੱਚ ਕਤਰ ਅਤੇ ਓਮਾਨ ਤੋਂ ਬਾਅਦ ਤੀਜੀ ਥਾਂ ਪੱਕੀ ਕਰ ਸਕੇ ਕਤਰਬਾਈ ਅੰਕਾਂ ਨਾਲ ਅਤੇ Oman 15 ਅੰਕਾਂ ਨਾਲ ਗਰੁੱਪ E ਵਿੱਚ ਅੱਗੇ ਹੈ ਭਾਰਤ ਬੰਗਲਾਦੇਸ਼ ਨੂੰ 2 ਸਿਫਰ ਨਾਲ ਹਰਾ ਕੇ 6 ਅੰਕਾਂ ਨਾਲ ਗਰੁੱਪ E ਵਿੱਚ ਟਿਕਿਆ ਹੋਇਆ ਹੈ ਮੌਸਮ ਦੱਖਣ ਪੱਛਮ ਮੌਨਸੂਨ ਦੇ ਅੱਜ ਦਿੱਲੀ ਪੁੱਜਣ ਦੀ ਸੰਭਾਵਨਾ ਹੈ ਭਾਰਤੀ ਮੌਸਮ ਵਿਭਾਗ ਅਨੁਸਾਰ ਮੌਨਸੂਨ ਨਿਰਧਾਰਤ ਸਮੇਂ ਤੋਂ 12 ਦਿਨ ਪਹਿਲਾਂ ਦਿੱਲੀ ਪੁੱਜ ਰਿਹਾ ਹੈ ਗੁਜਰਾਤ ਦੇ ਡਾਇਰੈਕਟਰ ਜਨਰਲ ਐਮ ਮਹਾਪਾਤਰਾ ਨੇ ਦੱਸਿਆ ਕਿ ਮੌਨਸੂਨ ਅੱਜ ਪੱਛਮ ਉੱਤਰ ਭਾਰਤ ਦੇ ਵਧੇਰੇ ਇਲਾਕਿਆਂ ਵਿੱਚ ਪੁੱਜ ਜਾਵੇਗਾ। ਇਸ ਵਾਰ ਦੱਖਣ ਪੂਰਬੀ ਮੌਨਸੂਨ ਪੂਰੀ ਤਰ੍ਹਾਂ ਨਾਲ ਸਰਗਰਮ ਹੈ ਅਤੇ ਦੱਖਣ ਪੱਛਮੀ ਮੌਨਸੂਨ ਪੂਰੇ ਦੱਖਣੀ ਭਾਰਤ, ਮੱਧ ਭਾਰਤ ਦੇ ਕਈ ਹਿੱਸਿਆਂ, ਪੂਰਬੀ ਅਤੇ ਉੱਤਰ ਪੂਰਬੀ ਭਾਰਤ ਨੂੰ ਕਵਰ ਕਰ ਚੁੱਕਿਆ ਹੈ ਅਤੇ ਉੱਤਰ ਪੱਛਮੀ ਭਾਰਤ ਦੇ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਪੂਰਬੀ ਉੱਤਰ ਪ੍ਰਦੇਸ਼ ਨੂੰ ਵੀ ਕਵਰ ਕਰ ਚੁੱਕਿਆ ਹੈ। ਵਿਭਾਗ ਨੇ ਮੌਨਸੂਨ ਦੇ ਅੱਜ ਦਿੱਲੀ, ਪੰਜਾਬ ਤੇ ਹਰਿਆਣਾ ਵਿੱਚ ਪੁੱਜਣ ਦੀ ਸੰਭਾਵਨਾ ਜ਼ਾਹਰ ਕੀਤੀ ਹੈ। ਭਾਰਤੀ ਮੌਸਮ ਵਿਭਾਗ ਦੇ ਚੰਡੀਗੜ੍ਹ ਸਥਿਤ ਦਫ਼ਤਰ ਨੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਅੱਜ ਅਤੇ ਪਲਕੇ ਪੰਜਾਬ ਅਤੇ ਹਰਿਆਣਾ ਵਿੱਚ ਕਈ ਥਾਂ ਹੀ ਭਾਰੀ ਵਰਖਾ, ਹਨੇਰੀ ਝੱਖੜ ਝੁੱਲਣ ਅਤੇ ਬਿਜਲੀ ਚਮਕਣ ਦੀ ਭਵਿੱਖਬਾਣੀ ਕਰਦਿਆਂ ਚੇਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਅਨੁਸਾਰ ਪਠਾਨਕੋਟ, ਗੁਰਦਾਸਪੁਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿੱਚ ਦਰਮਿਆਨੀ ਤੋਂ ਭਾਰੀ ਵਰਖਾ ਹੋਣ ਦੀ ਸੰਭਾਵਨਾ ਹੈ, ਜਦਕਿ ਬਾਕੀ ਜ਼ਿਲ੍ਹਿਆਂ ਵਿੱਚ ਵੀ ਹਲਕੀ ਤੋਂ ਦਰਮਿਆਨੀ ਵਰਖਾ ਹੋ ਸਕਦੀ ਹੈ। ਖਬਰਾਂ ਦਾ ਬੁਲੇਟਿਨ ਸਾਡੇ ਦਰਸ਼ਕ YouTube ਚੈਨਲ R&U DDK ਜਲੰਧਰ ਤੇ ਵੀ ਦੇਖ ਸਕਦੇ ਨੇ ਅਤੇ ਇਹ ਬੁਲੇਟਿਨ R&U ਜਲੰਧਰ ਦੇ Twitter ਹੈਂਡਲ ਅਤੇ Facebook ਪੇਜ ਤੇ ਵੀ ਉਪਲਬਧ ਨੇ ਇਸ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ ਅੱਗੇ ਦਿਓ ਧੰਨਵਾਦ